ਇਸ ਵੀਡੀਓ ਦੇ ਵਿੱਚ ਆਪਾਂ ਪ੍ਰਾਰਥਨਾ ਲੇਖ ਦਾ ਸਾਰ ਪੜ੍ਹਾਂਗੇ ਪ੍ਰਾਰਥਨਾ ਲੇਖ ਦਾ ਲੇਖਕ ਡਾਕਟਰ ਬਲਬੀਰ ਸਿੰਘ ਹੈ ਪ੍ਰਾਰਥਨਾ ਲੇਖ ਦਾ ਸਾਰ ਅਰਦਾਸ ਮਨੁੱਖੀ ਜੀਵਨ ਲਈ ਇੱਕ ਜ਼ਰੂਰੀ ਵਸਤੂ ਹੈ ਵੱਡੇ ਵੱਡੇ ਰਾਠਾਂ ਤੇ ਸਿਆਣਿਆਂ ਨੂੰ ਵੀ ਇਸ ਦੀ ਜ਼ਰੂਰਤ ਪੈਂਦੀ ਹੈ ਸਿੱਖ ਧਰਮ ਵਿੱਚ ਇਸ ਦੀ ਖਾਸ ਮਹਾਨਤਾ ਹੈ ਸਾਰੀਆਂ ਰਸਮਾਂ ਰੀਤਾਂ ਤੇ ਪਰਮਾਰਥਕ ਸਾਧਨਾ ਦੀ ਥਾਂ ਸਿੱਖ ਦੀ ਅਰਦਾਸ ਹੀ ਕਾਫੀ ਹੈ ਅਰਦਾਸ ਇੱਕ ਫਰਜ਼ ਹੈ ਇਸ ਦੇ ਉੱਤਰ ਦੀ ਜਰੂਰਤ ਨਹੀਂ ਹੁੰਦੀ ਸਿੱਖ ਦੀ ਅਦਾਸ ਨਿਰਾਲੀ ਹੈ ਇਸ ਨਾਲ ਉਹ ਨਿੱਜ ਤੋਂ ਉੱਪਰ ਉੱਠ ਕੇ ਸਰਬ ਦੇ ਭਲੇ ਵਿੱਚ ਲੀਨ ਹੁੰਦਾ ਹੈ ਇਹ ਉਸ ਦੇ ਚੜ੍ਹਦੀ ਕਲਾ ਦਾ ਸਾਧਨ ਹੈ ਇਹ ਛੋਟੇ ਤੋਂ ਵੱਡੇ ਹੋਣ ਦਾ ਸੱਚ ਸੁਭਾਅ ਯਤਨ ਹੈ ਅਰਦਾਸ ਮਹਾਰਾਜਾ ਰਣਜੀਤ ਸਿੰਘ ਦੇ ਰੋਤਾਸ ਦੇ ਕਿਲੇ ਵਿੱਚ ਕੈਦ ਪਏ ਇੱਕ ਧਾੜਵੀ ਕੈਦੀ ਵਾਂਗ ਵਿਅਕਤੀ ਦੇ ਜੀਵਨ ਤੇ ਚਰਿੱਤਰ ਨੂੰ ਬਦਲ ਕੇ ਰੱਖ ਦਿੰਦੀ ਹੈ ਅਰਦਾਸ ਮਨੁੱਖ ਨੂੰ ਅਥਾ ਅਨੰਦ ਤੇ ਸ਼ਾਂਤੀ ਦਿੰਦੀ ਹੈ ਉਸ ਨੂੰ ਦੁੱਖ ਸੰਕਟ ਤੇ ਕਸ਼ਟ ਦੁੱਖदाई ਪ੍ਰਤੀਤ ਨਹੀਂ ਹੁੰਦੇ ਇਸ ਕਰਕੇ ਸਾਨੂੰ ਕਦੇ ਕਿਸੇ ਮਨਮਤੀ ਦੀ ਇਹ ਗੱਲ ਨਹੀਂ ਮੰਨਣੀ ਚਾਹੀਦੀ ਕਿ ਅਰਦਾਸ ਕਰਨੀ ਵਿਅਰਥ ਹੈ ਸਾਨੂੰ ਕਦੇ ਵੀ ਉਸ ਦਿਆਲੂ ਪ੍ਰਭੂ ਨੂੰ ਭੁੱਲਣਾ ਨਹੀਂ ਚਾਹੀਦਾ ਅੰਤ ਸਭਨੇ ਪ੍ਰਮਾਤਮਾ ਦੀ ਦਰਗਾਹੇ ਚੱਲਣਾ ਹੈ ਜਿਤੇ ਭਲੇ ਬੁਰੇ ਕੰਮਾਂ ਦਾ ਨਿਸਤਾਰਾ ਹੋਣਾ ਹੈ ਇਸ ਲਈ ਭਲਾਈ ਇਸੇ ਗੱਲ ਵਿੱਚ ਹੈ ਕਿ ਅਸੀਂ ਪ੍ਰਾਰਥਨਾ ਦੁਆਰਾ ਉਸ ਜਗਤ ਪਿਤਾ ਤੋਂ ਆਪਣੇ ਪਾਪ ਬਖਸ਼ਾਈਏ ਸਾਨੂੰ ਜਗਤ ਦਾ ਵਿਹਾਰ ਸ਼ੁੱਧ ਰੱਖਣਾ ਚਾਹੀਦਾ ਹੈ ਤੇ ਮਨ ਕਰਤਾਰ ਵੱਲ ਲਾ ਕੇ ਸਦਾ ਪ੍ਰਾਰਥਨਾ ਕਰਨੀ ਚਾਹੀਦੀ ਹੈ